ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਸੁਖਜਿੰਦਰ ਸਿੰਘ ਹੋਪ ਇਮੀਗ੍ਰੇਸ਼ਨ ਸਰਵਿਸ ਤੋਂ ਅੱਜ ਤੁਹਾਡੇ ਲਈ ਇੱਕ ਬਹੁਤ ਹੀ ਇੰਪੋਰਟੈਂਟ ਅਤੇ ਬਹੁਤ ਹੀ ਗੁੱਡ ਨਿਊਜ਼ ਲੈ ਕੇ ਹਾਜ਼ਰ ਹਾਂ। ਜਿੱਦਾਂ ਕਿ ਆਪਾਂ ਜਾਣਦੇ ਹਾਂ ਕਿ ਏਜ ਕੇਅਰ ਇੰਡਸਟਰੀ, ਡਿਸੇਬਿਲਟੀ ਇੰਡਸਟਰੀ ਆਸਟ੍ਰੇਲੀਆ ਵਿੱਚ ਦੇ ਆਰ ਗੋਇੰਗ ਥਰੂ ਸ਼ੋਰਟੇਜ ਆਫ ਲੇਬਰ, ਅਤੇ ਸਾਡੇ ਬਹੁਤ ਹੀ ਟੈਂਪਰੇਰੀ ਰੈਜੀਡੈਂਟ, ਵੈਦਰ ਸਟੂਡੈਂਟ ਵੀਜ਼ਾ 'ਤੇ ਨੇ ਜਾਂ 485 'ਤੇ ਨੇ ਜਾਂ ਹੋਰ ਕਿਸੇ ਵੀਜ਼ੇ 'ਤੇ ਬੈਠੇ ਨੇ, ਬਹੁਤ ਜ਼ਿਆਦਾ ਬੱਚੇ ਏਜ ਕੇਅਰ ਵਰਕਰ ਦਾ ਕੰਮ ਕਰਦੇ ਨੇ ਜਾਂ ਡਿਸੇਬਿਲਿਟੀ ਸਪੋਰਟ ਵਰਕਰ ਦਾ ਕੰਮ ਕਰਦੇ ਨੇ। ਬਹੁਤਿਆਂ ਨੇ ਤਾਂ ਸਾਲ, 2 ਸਾਲ, 3 ਸਾਲ ਤੋਂ ਕੰਮ ਕਰਦੇ ਆ ਰਹੇ ਨੇ ਇਸ ਇੰਡਸਟਰੀ ਵਿੱਚ। ਡਿਪਾਰਟਮੈਂਟ ਨੇ ਪਿਛਲੇ ਹਫ਼ਤੇ ਰੀਸੈਂਟਲੀ ਇਹਨਾਂ ਨੇ ਇੰਡਸਟਰੀ ਸਪੈਸੀਫਿਕ ਏਜ ਕੇਅਰ ਇੰਡਸਟਰੀ ਵਾਸਤੇ ਇੱਕ ਲੇਬਰ ਐਗਰੀਮੈਂਟ ਦਾ ਪ੍ਰੋਵੀਜ਼ਨ ਲੈ ਕੇ ਆਉਂਦਾ ਹੈ। ਇਹ ਬਹੁਤ ਹੀ ਇੱਕ ਅੱਛਾ ਪ੍ਰੋਵੀਜ਼ਨ ਹੈ, ਇਹਦੇ ਵਿੱਚ ਥਾਊਜ਼ੈਂਡਸ ਆਫ ਏਜ ਕੇਅਰ ਵਰਕਰ ਜਾਂ ਡਿਸੇਬਿਲਿਟੀ ਵਰਕਰ ਪੱਕੇ ਹੋ ਸਕਣਗੇ। ਪਹਿਲਾਂ ਤਾਂ ਇੱਥੇ ਗੱਡੀ ਖੜ੍ਹੀ ਆ। ਸੋ ਕੋਈ ਵੀ ਏਜ ਕੇਅਰ ਪ੍ਰੋਵਾਈਡਰ ਜਾਂ ਡਿਸੇਬਿਲਿਟੀ ਪ੍ਰੋਵਾਈਡਰ ਉਹ ਲੇਬਰ ਐਗਰੀਮੈਂਟ ਸਾਈਨ ਕਰ ਸਕਦਾ ਹੈ ਡਿਪਾਰਟਮੈਂਟ ਆਫ ਇਮੀਗ੍ਰੇਸ਼ਨ ਨਾਲ। ਇਹ ਕੋਈ ਬਹੁਤਾ ਔਖਾ ਕੰਮ ਨਹੀਂ ਹੋਏਗਾ। ਵੀ ਕੈਨ ਹੈਲਪ ਯੂ ਵਿਦ, ਜਿਹੜਾ ਵੀ ਤੁਹਾਡਾ ਕੰਪਨੀ ਹੈਗੀ ਆ, ਪ੍ਰੋਵਾਈਡਰ ਹੈਗਾ, ਤੁਸੀਂ ਸਾਡਾ ਉਹਨੂੰ ਨੰਬਰ ਸ਼ੇਅਰ ਕਰ ਸਕਦੇ ਹੋ, ਅਸੀਂ ਐਕਸਪਲੇਨ ਕਰ ਸਕਦੇ ਹਾਂ ਪ੍ਰੋਸੈਸ ਕੀ ਹੈ। ਜਿੱਦਾਂ ਵਰਕ ਵੀਜ਼ੇ ਦਾ ਪ੍ਰੋਸੈਸ ਹੈ ਉੱਦਾਂ ਦਾ ਹੀ ਪ੍ਰੋਸੈਸ ਹੈ, ਬਹੁਤਾ ਔਖਾ ਨਹੀਂ ਹੈਗਾ। ਹੁੰਦਾ ਕੀ ਹੈ ਵੀ ਜਿਹੜੇ ਵੀ ਏਜ ਕੇਅਰ ਪ੍ਰੋਵਾਈਡਰ ਹੈਗੇ ਨੇ ਜਾਂ ਕੋਈ ਡਿਸੇਬਿਲਿਟੀ ਪ੍ਰੋਵਾਈਡਰ ਨੇ, ਉਹ ਆਪਣੀ ਇੰਡਸਟਰੀ ਦੀ ਜਿਹੜੀ ਯੂਨੀਅਨ ਆ ਉਹਨਾਂ ਨਾਲ ਪਹਿਲਾਂ ਇਹ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਸਾਈਨ ਕਰਨਗੇ, ਫਿਰ ਲੇਬਰ ਐਗਰੀਮੈਂਟ ਅਪਲਾਈ ਕਰਨਗੇ। ਇਹਦੇ ਵਿੱਚ ਮਿਲੂਗਾ ਤੁਹਾਨੂੰ ਵਰਕ ਵੀਜ਼ਾ 482, ਜਿਹੜਾ ਕਿ ਬਾਕੀ ਹੋਰ ਆਕੂਪੇਸ਼ਨਸ ਨੂੰ ਮਿਲਦਾ ਹੈ, ਏਜ ਕੇਅਰ ਵਰਕਰ ਜਾਂ ਡਿਸੇਬਿਲਿਟੀ ਵਰਕਰ। ਤੀਜਾ ਹੋਰ ਹੈਗਾ ਇੱਕ ਨਰਸਿੰਗ ਸਪੋਰਟ ਵਰਕਰ, ਪਰਸਨਲ ਕੇਅਰ ਅਸਿਸਟੈਂਟ। ਇਹ 4 ਆਕੂਪੇਸ਼ਨਸ ਨੇ, ਇਹਨਾਂ ਦੇ 3 ਜੈਸਕੋ ਕੋਡ ਨੇ। ਏਜ ਕੇਅਰ ਅਤੇ ਡਿਸੇਬਿਲਿਟੀ ਵਰਕਰ ਇੱਕੋ ਹੀ ਜੈਸਕੋ ਕੋਡ ਵਿੱਚ ਆਉਂਦਾ ਹੈ, ਫਿਰ ਨਰਸਿੰਗ ਸਪੋਰਟ ਵਰਕਰ ਹੈ, ਪਰਸਨਲ ਕੇਅਰ ਅਸਿਸਟੈਂਟ ਹੈ। ਸੋ ਇਹ ਆਕੂਪੇਸ਼ਨ ਦੇ ਵਿੱਚ ਉਹ ਤੁਹਾਨੂੰ ਸਪੋਂਸਰ ਕਰ ਸਕਣਗੇ 482 ਵੀਜ਼ੇ 'ਤੇ। ਅਤੇ ਹੋਰ ਜਿਹੜੀ ਵਧੀਆ ਗੱਲ ਹੈ ਵੀ 2 ਸਾਲ ਜੇ ਤੁਸੀਂ ਕੰਮ ਕੀਤਾ ਹੋਇਆ ਇਸ ਇੰਡਸਟਰੀ ਵਿੱਚ ਆਸਟ੍ਰੇਲੀਆ ਦੇ ਵਿੱਚ ਰਹਿ ਕੇ, ਤਾਂ ਤੁਹਾਨੂੰ PREN S ਵਾਸਤੇ ਵੀ ਤੁਹਾਡਾ ਪ੍ਰੋਵਾਈਡਰ, ਤੁਹਾਡੀ ਕੰਪਨੀ ਸਪੋਂਸਰ ਕਰ ਸਕਦੀ ਹੈ। ਸੋ ਇਸ ਤੋਂ ਸੌਖੀ ਚੀਜ਼ ਮੈਨੂੰ ਨਹੀਂ ਲੱਗਦਾ ਕੋਈ ਹੋਏਗੀ। ਬਹੁਤਿਆਂ ਨੇ ਏਜ ਕੇਅਰ ਡਿਸੇਬਿਲਿਟੀ 'ਚ ਕੰਮ ਕੀਤਾ ਹੋਏਗਾ। ਜਿਹੜੇ ਕੰਪਨੀਜ਼ ਨੇ ਜਿਹੜੀਆਂ, ਦੇ ਆਰ ਆਲਸੋ ਲੁਕਿੰਗ ਫੋਰ ਪੀਪਲ, ਉਹਨਾਂ ਨੂੰ ਹੁੰਦਾ ਵੀ ਕੋਈ 2-4 ਸਾਲ ਵਾਸਤੇ ਸਾਡੇ ਨਾਲ ਕਮਿਟਡ ਹੋ ਜਾਏ। ਸੋ ਉਹ ਵੀ ਦੇ ਵੁੱਡ ਬੀ ਲੁਕਿੰਗ ਟੂ ਸਪੋਂਸਰ ਯੂ, ਦੇ ਵੁੱਡ ਬੀ ਵਿਲਿੰਗ ਟੂ ਸਪੋਂਸਰ ਯੂ। ਗੱਲ ਇਹ ਹੈ ਵੀ ਉਹਨਾਂ ਦੇ ਜਿਹੜੇ ਤੁਹਾਡੇ ਮੈਨੇਜਰਸ ਆ ਉਹਨਾਂ ਤੱਕ ਗੱਲ ਪਹੁੰਚਾਉਣ ਦੀ ਹੈ ਵੀ ਦੇਰ ਇਜ਼ ਏ ਇੰਡਸਟਰੀ ਸਪੈਸੀਫਿਕ ਏਜ ਕੇਅਰ ਇੰਡਸਟਰੀ ਦਾ ਲੇਬਰ ਐਗਰੀਮੈਂਟ ਹੈ ਜਿਹਦੇ ਵਿੱਚ ਉਹ ਤੁਹਾਨੂੰ ਸਪੋਂਸਰ ਕਰ ਸਕਦੇ ਨੇ। ਇਹਦਾ ਜਿਹੜਾ TSMIT ਹੈ, ਜਿਹੜਾ ਮਿਨੀਮਮ ਸੈਲਰੀ ਆ, ਜਿਹੜੀ ਕਿ ਪਿਛਲੇ ਹਫ਼ਤੇ ਦੂਜੀਆਂ ਆਕੂਪੇਸ਼ਨਸ ਲਈ ਉਹਨੇ 70,000 ਪਲੱਸ ਉੱਪਰ ਕਰ ਦਿੱਤੀ ਆ, ਉਹ ਵੀ ਇਹਨਾਂ ਨੇ ਕਨਸੈਸ਼ਨਲ ਰੇਟ ਰੱਖਿਆ ਉਹਦਾ $51,222, ਸੋ ਲਾ ਲਓ ਵੀ $51,222 ਪਲੱਸ ਉੱਪਰ। ਸੋ ਇਹ ਵੀ ਬੜਾ ਮਿਨੀਮਲ ਜਿਹਾ ਰੇਟ ਹੈ। ਬਹੁਤੇ ਏਜ ਕੇਅਰ ਵਰਕਰ ਜਾਂ ਡਿਸੇਬਿਲਿਟੀ ਵਰਕਰ ਇਹ ਤੋਂ ਜ਼ਿਆਦਾ ਪੈਸੇ ਹੀ ਲੈਂਦੇ ਹੋਣਗੇ ਐਟ ਵੀ ਸਪੀਕ। ਸੋ ਇਹਦੇ 'ਚ PR ਵੀ ਹੈ, ਇਹਦੇ 'ਚ ਵਰਕ ਵੀਜ਼ਾ ਵੀ ਹੈ। ਇਹ ਬੜੇ ਚਿਰਾਂ ਤੋਂ ਕੁਐਸਚਨਸ ਆ ਰਹੇ ਸੀਗੇ ਵੀ ਭਾਅ ਜੀ ਮੈਂ ਏਜ ਕੇਅਰ 2 ਸਾਲ ਕੰਮ ਕੀਤਾ ਹੈ, ਕਿਸੇ ਨੇ ਕਹਿਣਾ ਮੈਂ ਡਿਸੇਬਿਲਿਟੀ 'ਚ ਕੰਮ ਕੀਤਾ ਹੈ, ਸਾਡਾ ਇਧਰਲੇ ਪਾਸੇ ਕੁਛ ਬਣ ਸਕਦਾ ਹੈ ਜੀ, ਮੇਰੇ ਕੋਲ ਇੰਡੀਵਿਜੁਅਲ ਸਪੋਰਟ ਦਾ ਸਰਟੀਫਿਕੇਟ 3 ਏਜਿੰਗ 'ਚ ਹੈਗਾ, ਡਿਸੇਬਿਲਿਟੀ 'ਚ ਹੈਗਾ। ਸੋ ਇਹ ਕੁਐਸਚਨਸ ਬਾਰ ਬਾਰ ਆ ਰਹੇ ਸੀਗੇ, ਅਤੇ ਇੰਡਸਟਰੀ ਰਿਵਿਊਜ਼ ਜਿਹੜੇ ਸੀ ਉਹ ਵੀ ਇਸ ਗੱਲ 'ਤੇ ਲਾਈਟ ਪਾ ਰਹੇ ਸੀਗੇ ਵੀ ਇਸ ਇੰਡਸਟਰੀ 'ਚ ਵੀ ਸ਼ੋਰਟੇਜ ਆਫ ਲੇਬਰ ਬਹੁਤ ਹੈ। ਸੋ ਐਜ ਯੂ ਨੋ ਵੀ ਆਸਟ੍ਰੇਲੀਆ ਇੱਕ ਏਜਿੰਗ ਪਾਪੂਲੇਸ਼ਨ ਹੈ, ਇੱਥੇ ਨਰਸਿੰਗ ਦਾ ਕਮਿਊਨਿਟੀ ਸਰਵਿਸਿਜ਼ ਦੀ ਵਰਕਰਸ ਦੀ ਬਹੁਤ ਰਿਕੁਆਇਰਮੈਂਟ ਹੈ। ਡਿਪਾਰਟਮੈਂਟ ਨੇ ਸੰਭਵ ਇਹਨਾਂ ਚੀਜ਼ਾਂ 'ਤੇ ਕਦੇ ਪਹਿਲਾਂ ਫੋਕਸ ਨਹੀਂ ਕੀਤਾ, ਪਰ ਜਿਹੜੇ ਰੀਸੈਂਟ ਜਿੰਨੇ ਵੀ ਰਿਵਿਊ ਹੋਏ ਆ ਉਹਦੇ ਵਿੱਚ ਇਸ ਇੰਡਸਟਰੀ ਦੀ ਸ਼ੋਰਟੇਜ ਨੂੰ ਹਾਈਲਾਈਟ ਕੀਤਾ ਗਿਆ। ਤੋ ਡਿਪਾਰਟਮੈਂਟ ਨੇ ਇਹ ਜਿਹੜਾ ਪ੍ਰੋਵੀਜ਼ਨ ਲੈ ਕੇ ਆਇਆ ਇਹ ਬਹੁਤ ਹੀ ਵੈਲਕਮਿੰਗ ਹੈ। ਇਹਦੇ ਵਿੱਚ ਪ੍ਰੋਵਾਈਡਰਸ ਵੀ, ਕੰਪਨੀਜ਼ ਵੀ ਖੁਸ਼ ਹੋਣਗੀਆਂ, ਉਹਨਾਂ ਨੂੰ ਲੇਬਰ ਮਿਲ ਸਕੇਗੀ, ਅਤੇ ਸਾਡੇ ਜਿਹੜੇ ਟੈਂਪਰੇਰੀ ਰੈਜੀਡੈਂਟਸ ਆ, ਚਾਹੇ ਉਹ ਸਟੂਡੈਂਟ ਵੀਜ਼ੇ 'ਤੇ ਨੇ ਚਾਹੇ ਹੋਰ ਟੈਂਪਰੇਰੀ ਕਿਸੇ ਵੀਜ਼ੇ 'ਤੇ ਨੇ, ਉਹ ਸਾਰੇ ਇਹਦੇ ਲਈ ਐਲੀਜੀਬਲ ਹੋ ਸਕਣਗੇ। ਤੁਹਾਨੂੰ ਸਿਰਫ 1 ਸਾਲ ਦਾ ਆਸਟ੍ਰੇਲੀਅਨ ਐਕਸਪੀਰੀਅੰਸ ਚਾਹੀਦਾ ਹੋਏਗਾ, ਠੀਕ ਹੈ। ਹੁਣ 1 ਸਾਲ ਦਾ ਜਿਹੜਾ ਐਕਸਪੀਰੀਅੰਸ ਆ ਉਹ ਤਾਂ ਬਹੁਤਿਆਂ ਕੋਲ ਹੋਏਗਾ। ਸਰਟੀਫਿਕੇਟ 3 ਜਿਹੜਾ ਇੰਡੀਵਿਜੁਅਲ ਸਪੋਰਟ ਦਾ ਵੀ ਸੌਖਾ ਹੀ ਮਿਲ ਜਾਂਦਾ, ਉਹ ਤੁਸੀਂ ਪੜ੍ਹ ਵੀ ਸਕਦੇ ਹੋ, ਆਪਦੀ ਦੂਜੀ ਪੜ੍ਹਾਈ ਦੇ ਨਾਲ ਨਾਲ ਵੀ ਪੜ੍ਹ ਸਕਦੇ ਹੋ। ਸੋ ਇਹ ਇੱਕ ਬਹੁਤ ਹੀ ਅੱਛਾ ਨਿਊਜ਼ ਹੈ, ਇਹਨੂੰ ਆਪਣੇ ਦੋਸਤਾਂ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ ਜਿਹੜੇ ਵੀ ਡਿਸੇਬਿਲਿਟੀ 'ਚ ਕੰਮ ਕਰਦੇ ਨੇ ਜਾਂ ਏਜ ਕੇਅਰ ਦੇ ਤੌਰ ਵਰਕਰ ਦੇ ਤੌਰ 'ਤੇ ਕੰਮ ਕਰਦੇ ਨੇ, ਪੂਰੇ ਆਸਟ੍ਰੇਲੀਆ ਵਿੱਚ ਕਿਤੇ ਵੀ ਕਰ ਰਹੇ ਨੇ, ਤੁਸੀਂ ਉਹਨਾਂ ਨੂੰ ਸ਼ੇਅਰ ਕਰੋ। ਬੜੀ ਅੱਛੀ ਨਿਊਜ਼ ਹੈ,
उन्होंने अपने इंपलॉयज के नाल, अगर वो चंगे वर्करस ने इंपलॉयज वुड बी विलिंग टू स्पोंसर दैम। ओके, सो इंपलॉयज़ ना गल करो, इंपलॉयज़ नू जे क्वेश्चन ने वी आर हेयर टू हैल्प यू। साडा उन्होंने कॉन्टैक्ट दे सकते हो, सानू उन्हों का कॉन्टैक्ट दे सकते हो, वी कैन गैट इन टच विद दैम। सो ये बहुत अच्छी न्यूज़ है, तो इट्स टाइम पे जिन्हें भी इतने थाउजेंड्स ऑफ स्टूडेंट्स ज टैंपरेरी होर वीजिया से बैठे भाई भैन ने, वो सारे इस दे थ्रू एक पाथवे पी आर का आ गया। इन चीज़ों का पाथवे पी आर का काफ़ी डम एग्रीमेंट, वो भी लेबर एग्रीमेंट ही है। आई कीप ऑन टॉकिंग अबाउट डम एग्रीमेंट्स, तो दिस इज़ ऑलसो ए लेबर एग्रीमेंट। डम एग्रीमेंट स्पैसीफिक टू ए रीजन होंगे, ए स्पैसीफिक टू इंडस्ट्री है। सो इन दे थ्रू डिपार्टमेंट लैके आ रहा प्रोविजन जिद बहुत टैंपरेरी रेजिडेंट्स पक्के हो जाएंगे। सो इस चीज़ को ध्यान च रखद हो ये बारे पूछना शुरू करो अपने एजेंट्स को, सानू पुछो, ये बारे इनकुआरीज करो, एंड लैट्स हैव ए डिस्कशन, तो लैट्स फाइंड ए सोल्यूशन फॉर योर करियर। थैंक यू वेरी मच, सत श्री अकाल।